ਕੋਲ ਕੱਲ ਰਾਤ ਦਾ ਵਰਨ ਕੇਸ ਆਇਆ ਜੀ। ਇਹ ਬਜ਼ੁਰਗ ਮਾਤਾ ਜੀ ਨੇ ਜਿਹੜੇ ਕਿ ਹਿਸਟਰੀ ਦੇ ਮੁਤਾਬਿਕ ਆਪਣੇ ਘਰ ਅੱਗ ਸੇਕ ਰਹੇ ਸੀਗੇ ਔਰ ਅੱਗ ਸੇਕਦੇ ਸੇਕਦੇ ਇਹਨਾਂ ਦੇ ਬੈੱਡ ਨੂੰ ਅੱਗ ਲੱਗੀ ਜਿਹਦੇ ਉੱਪਰ ਇਹ ਬੈਠੇ ਹੋਏ ਸੀ ਅਤੇ ਨਾਲ ਹੀ ਉਹਦੇ 'ਚ ਇਹ ਵੀ ਝੁਲਸ ਗਏ ਅਤੇ ਐਗਜ਼ਾਮਿਨ ਕੀਤਾ ਇਹਨਾਂ ਨੂੰ ਤਕਰੀਬਨ 50% ਵਰਨਾ ਬੋਡੀ 'ਤੇ ਅਤੇ ਹੁਣ ਅੱਗੇ ਟ੍ਰੀਟਮੈਂਟ ਚੱਲ ਰਿਹਾ ਇਹਨਾਂ ਦਾ ਐਡਮਿਟ ਕੀਤਾ ਇਹਨਾਂ ਨੂੰ ਹੋਸਪਿਟਲ। ਦੱਸੋ ਕਿੱਥੋਂ ਦੇ ਰਹੇ ਇਹਨਾਂ ਦੇ? ਇਹ ਭਰਿਆਲ ਦੇ ਨੇ। ਮੇਰਾ ਨਾਮ ਦਿਨੇਸ਼ ਕੁਮਾਰ ਹੈ। ਮੇਰੀ ਮਾਤਾ, ਮੈਂ ਪਿੰਡ ਭਰਿਆਲ ਦਾ ਰਹਿਣ ਵਾਲਾ ਅਤੇ ਮੈਂ ਸੁਜਾਨਪੁਰ ਦਿਹਾੜੀ ਲਾਉਂਦਾ, ਉੱਥੇ ਕੰਮ ਕਿਉਂ ਕਿਰਾਇਆ ਕਰੀ ਮੈਂ ਸੁਜਾਨਪੁਰ। ਮੇਰੀ ਭਰਜਾਈ ਜਿਹੜੀ ਆ ਘਰ ਦੇ ਮੌਕੇ 'ਤੇ ਵੱਡੀ ਘਰ ਹੋ ਜਾਂਦੀ ਹੈ, ਮੁਲਾਜ਼ਮ ਹੈਗੀ ਉਹ SP ਦੀ, ਕਿਉਂਕਿ ਉਹਨੇ ਮੇਰਾ ਕੋਈ ਇਹਦਾ ਕੋਈ ਇਲਾਜ ਨਹੀਂ, ਇਹਦੇ ਸਾਹਮਣੇ ਸੜੀ ਇਹਨੇ ਇੰਨੀ ਗੱਲ ਨਹੀਂ ਕਹੀ ਕਿ ਮੈਂ ਹੋਸਪਿਟਲ ਲੈ ਕੇ ਜਾਵਾਂ ਜਾਂ ਐਂਬੂਲੈਂਸ ਨਹੀਂ ਕਰਾਂ। ਇਹਨੇ ਕੋਈ ਉਹਦਾ ਨਾ ਗਿਆ ਦਿਹਾੜੀ ਲਾ ਕੇ ਆਇਆ। ਫਿਰ ਮੈਂ ਸੜਨ ਦਾ ਕੀ ਕਾਰਨ ਹੈ, ਕਿੱਦਾਂ ਸੜੀ ਹੈ? ਸੜੀ ਹੈ ਇੱਦਾਂ ਵੀ ਹੈ, ਉਹ ਥੱਲੇ ਉਹ ਵੀ ਕਹਿੰਦੇ ਨਹਾਤੀ ਨਹਾਉਣ ਨਾਲ ਉਹ ਠੰਡ ਲੱਗਣੀ, ਇਹਨੂੰ ਕਹਿੰਦੇ ਅੱਗ ਸੇਕਣੀ ਆ ਤਾਂ ਅੱਗ ਸੇਕਣ ਥੱਲੇ ਅੱਗ ਹੀ ਕਦੇ ਉੱਥੇ ਥੱਲੇ ਤਾਂ ਪਲਾਸਟਿਕ ਜਿਹੜਾ ਬਾਣ ਦਾ ਮੰਜਾ ਹੁੰਦਾ ਨਾ।